ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਮਤਲਬ ਹੈ ਸਮਝ ਕੇ ਲੋਟ ਮੈਂ ਤੁਹਾਨੂੰ ਕੀ ਦੱਸਾਂ ਹੈ ਨਹੀਂ ਮਿਊਜ਼ਿਕ ਵਿੱਚ ਹੈ ਡਡਾਂ 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 ਯਾਰ ਆਪਣਾ ਫਿਲਮ ਵਾਲੇ ਆਏ ਨਾ ਫੰਕਸ਼ਨ ਵਾਲੇ ਨੀ ਆਏ ਯਾਰ ਗੱਲ ਤਾਂ ਸੁਣ ਲੈ ਉਹਨਾਂ ਨੇ ਮੈਨੂੰ ਕਿਹਾ ਬੰਦਿਆਂ ਦੀ ਲੋੜ ਹੈ ਸਾਰੇ ਬੰਦੇ ਮੈਂ ਦਿਆਂਗਾ ਤੂੰ ਤਾਂ ਹੈ ਪ੍ਰੋਡਕਸ਼ਨ ਅਫੀਸਰ ਸਾਰੇ ਪ੍ਰੋਗਰਾਮ ਪੱਕੇ ਕਰ ਲਿਤੇ ਹਾਂ ਜੀ ਸਾਨੂੰ ਇਹ ਦੱਸ ਸਾਨੂੰ ਕਰਨਾ ਕੀ ਹੋਏਗਾ ਓਏ ਉੱਥੇ ਪਹਿਲੇ ਆਡੀਸ਼ਨ ਦੇਣਾ ਪਏਗਾ ਜਿਹੜੇ ਪਾਸ ਹੋਣਗੇ ਫਿਲਮ ਵਿੱਚ ਕੰਮ ਕਰਨਗੇ ਆਡੀਸ਼ਨ ਹਾਂ ਜੀ ਠੀਕ ਹੈ ਇਹ ਗੱਲ ਸੁਣੋ ਇਹ ਆਡੀਸ਼ਨ ਕਿਸ ਨਾਲ ਦਿੰਦੇ ਨੇ ਹਾਏ ਚੁੱਪ ਕਰ ਜਾ ਆਡੀਸ਼ਨ ਆਡੀਸ਼ਨ ਹੋਏਗਾ ਪਹਿਲੇ ਆਡੀਸ਼ਨ ਕੌਣ ਦੇਗਾ ਪਹਿਲੇ ਆਡੀਸ਼ਨ ਸ਼ੁਰਲੇ ਤੂੰ ਦੇਗਾ ਤੂੰ ਪਹਿਲੇ ਦੇਗਾ ਮੇਰਾ ਨਾਮ ਮੁਹੰਮਦ ਅਸ਼ਰਫ ਹੈ ਮਾਂ ਮੈਨੂੰ ਪਿਆਰ ਨਾਲ ਅੱਛੂ ਸਾਹਿਬ ਕਹਿੰਦੀ ਸੀ 302 ਦੇ ਦਫੇ ਚ ਮੈਨੂੰ ਉਮਰ ਕਹਿ ਦਿੱਤੀ ਹੈ ਤੇ ਮੈਂ ਬਣ ਗਿਆ ਵਾ ਅੱਛੂ 302 ਮੈਂ ਤੇਰਾ ਪਿਓ ਬਕਵਾਸ ਨਾ ਕਰ ਮੇਰਾ ਮਤਲਬ ਹੈ ਤੂੰ ਤੇ ਪਾਸ ਹੈ ਪ੍ਰੋਡਕਸ਼ਨ ਅਫੀਸਰ ਸਾਡਾ ਕੀ ਹੋਏਗਾ ਤੁਹਾਡਾ ਆਡੀਸ਼ਨ ਮੈਂ ਲੈ ਲੈਣਾ ਹਾਂ ਸਾਡਾ ਆਡੀਸ਼ਨ ਲੈ ਮੇਰੀ ਜੀ ਕੀ ਹੋਇਆ ਨਾ ਰੋ ਮੇਰਾ ਬੱਚਾ ਇਨਸਾਨ ਦਾ ਪੁੱਤਰ ਬਣ ਪਹਿਲੇ ਆਡੀਸ਼ਨ ਅਥੋਂ ਸ਼ੁਰੂ ਕਰਾਂਗਾ ਪਹਿਲੇ ਤੂੰ ਲੈ ਆਡੀਸ਼ਨ ਇਹਨਾਂ ਕੋਲ ਆਡੀਸ਼ਨ ਸਹੀ ਦੇਈ ਓਏ ਆਪਣਾ ਕਾਲਾ ਸ਼ਾ ਕਾਕੂ ਇਹ ਆਪਣਾ ਕੀ ਨਾਂ ਵਜ਼ੀਰਿਆ ਤੂੰ ਕਹਿਣਾ ਮੈਂ ਜਦੋਂ ਕਹਾਂਗਾ ਅਸ਼ਕਣ ਤੇ ਤੂੰ ਕਹਿਣਾ ਕਿ ਓਏ ਪਿੰਡ ਆ ਲਿਓ ਮੈਂ ਇਸ ਪਿੰਡ ਨੂੰ ਅੱਗ ਲਾ ਦਿਆਂਗਾ ਕੈਮਰੇ ਤੇ ਆ ਨਾ ਹਾਂਜੀ ਸਾਜੀ ਤੇ ਲੈ ਸਿੱਧਾ ਕਰ ਕੈਮਰਾ ਐ ਸ਼ਾਬਾਸ਼ 1 2 3 ਅਸ਼ਕਣ ਓਏ ਪਿੰਡ ਆ ਲਿਓ ਓਏ ਮੈਂ ਗਾਉਂ ਨੂੰ ਚੜਾ ਦੇਣਾ ਓਏ ਅੱਛਾ ਬਲੇ ਦੁਬਾਰਾ ਕਹਿ ਪਿੰਡ ਨੂੰ ਅੱਗ ਲਾ ਦੇਵਾਂਗਾ ਓਏ ਪਿੰਡ ਆ ਲਿਓ ਓਏ ਮੈਂ ਪਿੰਡ ਨੂੰ ਅੱਗ ਲਾ ਦੇਣੀ ਓਏ ਤੂੰ ਵੀ ਸਹੀ ਹੈ ਇੱਧਰ ਸਾਈਡ ਤੇ ਹੋ ਫਸ ਹੋ ਗਿਆ ਹਾਂ ਪਾਸ ਹੀ ਹੈ ਇੱਧਰ ਆ ਓ ਕੋ ਕੈਮਰਾ ਸਿੱਧਾ ਕਰ ਲੈ ਤੂੰ ਕਹਿਣਾ ਹੈ ਇੱਕ ਮਿੰਟ ਹਾਂ ਫੋਟੋ ਸਹੀ ਆ ਰਹੀ ਹੈ ਫੋਟੋ ਤੇਰੀ ਚੇਂਜ ਦੀ ਸ਼ਕਲ ਹੈ ਉੱਚੀ ਆਣੀ ਹੈ ਅੱਛਾ ਤੂੰ ਕਹਿਣਾ ਹੈ ਓਏ ਮੈਂ ਨੱਥ ਪਾ ਦੇ ਇੱਕ ਮਿੰਟ ਓਏ ਮੈਂ ਨੱਥ ਪਾ ਦੇਗਾ ਹਾਂ ਜੀ ਇਹ ਕਹਿਣਾ ਹੈ ਚਲ ਕੈਮਰਾ ਗੱਲ ਸੁਣੋ ਨੱਥ ਕੋਈ ਆਇਆ ਓ ਯਾਰ ਪਹਿਲੇ ਕਹਿਣਾ ਹੀ ਹੈ ਕੈਮਰਾ ਸਿੱਧਾ ਕਰ ਚਲੋ ਲੈਟ ਇਧਰ ਕਰ ਹਾਂ 1 2 3 ਅਸ਼ਕਨ ਓਏ ਹਾਂ ਜੀ ਓ ਮੈਂ ਨੱਥ ਪਾ ਦੇਵਾਂਗਾ ਓ ਬਾਕੀ ਦਾ ਸੇਵ ਤੇ ਰੱਬ ਹੀ ਹੋਵੇਗਾ ਸਜਾਦ ਮਾਂ ਕਹਿ ਰਹੀ ਹੈ ਦੁਪੱਟਾ ਫਟਾ ਹੁਆ ਕੈਮਰਾ ਸਿੱਧਾ ਕਰ ਬਹਿ ਕੇ ਲੋਹੇ ਕੋਲ ਰੱਖ ਤੂੰ ਲੈਟ ਸਿੱਧੀ ਕਰ ਲੈਟ ਕੈਮਰਾ ਤੇ ਅਸ਼ਕਨ ਸਜਾਦ ਜੀਓ ਸਜਾਦ ਹਾਂਜੀ ਸਜਾਦ ਜੀਓ ਅਗਾ ਕੇ ਸੀ ਕਿਤੇ ਰਸਰ ਉਹ ਕਹਿਣਾ ਹੈ ਕਿ ਮਾਂ ਕਹਿ ਰਹੀ ਹੈ ਦੁਪੱਟਾ ਫਟਾ ਹੁਆ ਹੈ ਅੱਛਾ ਦੁਪੱਟਾ ਫਟਾ ਹੁਆ ਹਾਂਜੀ ਸਜਾਦ ਹਾਂਜੀ ਮਾਂ ਕਹਿ ਰਹੀ ਹੈ ਹਾਂਜੀ ਮਾਂ ਕਹਿ ਰਹੀ ਹੈ ਆਹ ਕੋ ਕੇ ਵੀ ਮੈਂ ਤਾਂ ਉਹ ਬੱਕਰੀ ਕਿੱਥੋਂ ਲਾ ਕੇ ਆਏ ਫਿਰ ਤੋਂ ਗਿਆ ਮਾਂ ਕਹਿ ਰਹੀ ਹੈ ਦੁਪੱਟਾ ਫਟਾ ਹੁਆ ਹੈ ਅੱਛਾ ਦੁਪੱਟਾ ਫਟਾ ਹੁਆ ਹੈ ਹਾਂਜੀ ਚੱਲ ਅਸ਼ਕਨ ਸਜਾਦ ਮਾਂ ਕਹਿ ਰਹੀ ਹੈ ਮਾਂ ਕਹਿ ਰਹੀ ਹੈ ਕਿ ਤੁਹਾਡਾ ਕਟਾ ਨਸ਼ਾ ਹੁਆ ਹੈ ਕਟਾ ਨਸ਼ਾ ਹੁਆ ਕਟਾ ਓਏ 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 ਇਸ ਨਾਲ ਕਟਾ ਨਸ਼ਾ ਹੁਆ ਇਹਦੇ ਨਾਲ ਫਿਰ ਤੋਂ ਗਿਆ ਚਲ ਪਾਸ ਹੀ ਹੈ ਯਾਰ ਓ ਯਾਰ ਤੁਸੀਂ ਤੇ ਸਾਰੇ ਫਿਲਮਾਂ 'ਚ ਜਾ ਰਹੇ ਹੋ ਤੇ ਮੈਨੂੰ ਫਿਰ ਟਮਾਟਰ ਦੀ ਰੇੜੀ ਲਾ ਦਿਓ ਆਹ ਗੱਲ ਠੀਕ ਹੈ